ਵੱਡੀ ਪ੍ਰਾਰਥਨਾ ਬੰਦ ਕਰਨ ਦੇ ਲਈ ਉਸ ਸਮੇਂ ਤਾਂ ਔਰਤ ਨਾਲ ਫਸਾਇਆ ਜਾਂਦਾ ਸੀ ਅੱਜ ਨਹੀਂ ਬੰਦਾ ਔਰਤ ਨਾਲ ਫਸਦਾ ਅੱਜ ਮੋਬਾਈਲ ਨਾਲ ਫਸਦਾ ਅੱਜ ਕਦੇ ਨਾਲ ਫਸਦਾ ਹੁਣ ਭਾਈ ਸ਼ੰਦਾ ਜੀ ਆ ਸੇਠ ਸਾਹਿਬ ਆ ਮਨਜੀਤ ਮਸੀਹ ਆ ਇਹ ਔਰਤ ਦੇ ਚੱਕਰ 'ਚ ਥੋੜਾ ਫਸਣਾ ਹੁਣ ਪਤਾ ਮੈਂ ਸਿਆਣੇ ਬਿਆਣੇ ਚਰਚ ਦੇ ਮੋਹਦਵਾਰ ਬੰਦੇ ਆ ਕੋਈ ਲੋਕੀ ਗੱਲਾਂ ਕਰਨਗੇ ਬੇਇੱਜ਼ਤੀ ਕਰਨਗੇ ਸ਼ੈਤਾਨ ਨੇ ਕਹਿਣਾ ਇਹਦਾ ਨਹੀਂ ਇਹਨਾਂ ਨੂੰ ਆ ਕੈਮਰੇ ਵਾਲਾ ਫੜਾ ਦਿਓ ਕਾਲੇ ਮੂੰਹ ਵਾਲਾ ਕਿਹੜੇ ਮੂੰਹ ਵਾਲਾ ਕਾਲੇ ਮੂੰਹ ਵਾਲਾ ਫੜਾ ਦਿਓ ਫੜ ਲਿਆ ਹੁਣ ਇਹਨਾਂ ਨੇ ਕੱਲਿਆਂ ਨੇ ਦੇਖੀ ਜਾਣਾ ਪਤਾ ਨਹੀਂ ਉਹਨੇ ਕੀ ਕੁਝ ਦੇਖਣਾ ਰੱਬ ਜਾਣਦਾ ਵੈਸੇ ਗੱਲ ਕਰ ਰਿਹਾ ਦੇਖਦੇ ਨਹੀਂ ਵੈਸੇ ਗੱਲ ਕਰ ਰਿਹਾ ਹਨੀ ਟ੍ਰੈਪ ਕਿਹੜਾ ਟ੍ਰੈਪ ਹੈ ਜੀ ਇਹ ਹੁਣ ਨਾ ਮੈਂ ਕਿਸੇ ਨੂੰ ਜੇ ਕਹਿਦਾ ਮੈਂ ਆਪਣੀ ਗੱਲ ਨਾ ਮੇਰੇ ਵਰਗਾ ਹੀ ਬੰਦਾ है नहीं मैं इदा का मेरे वर्गा बंदा रात नूं गूगल ते सर्च मार मार के प्रॉन वीडियो देखदा सेक्सी ब्लू फिल्मां कट कट के देखनियां ओदी जिंदगी दे विच ये पाप ही होना शैतान ने लत कट रहा ओदी जिहड़ा पहला बैठ के रात नूं 12 बजे तक दुआ करदा ही ओही बंदा रात नूं 2-2 बजे तक सराहणे च मूंह देके कंबल च मूंह देके गल्लां करदा ए आ हनी ट्रैप मेरा कलाम बड़ा सीधा ते संपष्ट जिहा हुंदा ए आ जी हनी ट्रैप चर्च विच चिट्टे कुर्ते पजामे पा के चिट्टे सूट पा के बीबियां रूह नाल भरदियां ਕਿਕਲੀਆਂ ਕਿੱਦਾਂ ਚੱਲਦਾ ਉਹੀ ਕੁੜੀਆਂ ਮੁੜ ਕੇ ਘਰੇ ਜਾ ਕੇ ਫੋਨ ਦਿੱਤੇ ਡਾਰਲਿੰਗ ਮਿਸ ਨਹੀਂ ਸੀ ਕੀਤਾ ਕਿਉਂਕਿ ਮੈਂ 2 ਘੰਟੇ ਵਾਸਤੇ ਬੀਜ਼ੀ ਸੀ ਚਰਚ ਵਿੱਚ ਸੀਗੀ ਸੌਰੀ ਇਹ ਆ ਹਨੀ ਟ੍ਰੈਪ ਸ਼ੈਤਾਨ ਤੁਹਾਡੀ ਕਮਜ਼ੋਰੀ ਜਾਣ ਗਿਆ ਵੀ ਤੁਹਾਡੀ ਕਮਜ਼ੋਰੀ ਪ੍ਰਾਰਥਨਾ ਵਾਂ ਪ੍ਰਾਰਥਨਾ ਬੰਦ ਆ ਤੇ ਮਸੀਹ ਮਰਿਆ ਪ੍ਰਾਰਥਨਾ ਖਤਮ ਮਸੀਹ ਖਤਮ 100% ਸੱਚਾਈ ਆ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਅੱਜ ਐਦਾਂ ਦੀਆਂ ਭੈਣਾਂ ਪਾਈ ਬੈਠੇ ਜਿਨ੍ਹਾਂ ਦੀ ਪ੍ਰਾਰਥਨਾ ਜ਼ੀਰੋ ਆ ਬਿਲਕੁਲ ਸ਼ੂਨਯ ਉਹ ਖਤਮ ਹੋਏ ਹੋਏ ਆ ਮੈਂ ਕਹਿੰਦਾ ਤੁਸੀਂ ਦੁਆ 'ਚ ਬਹਿੰਦੇ ਆ ਫੋਨ ਤੁਹਾਡੇ ਨਾਲ ਹੁੰਦਾ ਮਾੜਾ ਜਿਹਾ ਵਟਸਐਪ ਦਾ ਗ੍ਰੀਨ ਮੈਸੇਜ ਆਇਆ ਨਹੀਂ ਨਾਲ ਹੀ ਓਪਨ ਹੋਇਆ ਨਹੀਂ ਤੁਹਾਨੂੰ ਤਾਂ ਇਹ ਹੀ ਹੁੰਦਾ ਪਤਾ ਨਹੀਂ ਕਿੱਥੇ ਕਿਤੇ ਕਿਤੇ ਆਈ ਲਵ ਯੂ ਲਿਖਣਾ ਆ ਗਿਆ ਹੋਵੇ ਇਹ ਸੱਚਾਈ ਆ ਜਿਹੜੀ ਅੱਜ ਸਾਡੇ ਲੋਕਾਂ ਨੂੰ ਜਾਣਨ ਦੀ ਲੋੜ ਆ ਜੇ ਸਮਸੂਨ ਉਦੋਂ ਮਰਿਆ ਅੱਜ ਵੀ ਬਹੁਤੇ ਸਮਸੂਨ ਆ ਜਿਹੜੇ ਮਰ ਰਹੇ ਆ ਅੱਜ ਵੀ ਸਮਸੂਨ ਇਦਾਂ ਦੇ ਆ ਜਿਹੜੇ ਮਰ ਰਹੇ ਆ ਜੇ ਉਹ ਸਮੇਂ ਮਰ ਗਿਆ ਅੱਜ ਤੁਸੀਂ ਵੀ ਮਰ ਰਹੇ ਆ ਤੁਹਾਡੀ ਪਾਵਰ ਸ਼ੈਤਾਨ ਕੱਟ ਰਿਹਾ ਤੁਹਾਨੂੰ ਜਾਲ 'ਚ ਫਸਾ ਰਿਹਾ ਜਿਹੜਾ ਉਹਨੇ ਜਾਲ ਵਿਛਾਇਆ ਹੋਇਆ ਤੁਹਾਡੇ ਘਰਾਂ 'ਚ ਤੁਹਾਡੀਆਂ ਜੇਬਾਂ ਦੇ ਵਿੱਚ ਉਹ ਜਾਲ ਮੋਬਾਈਲ ਦੀ ਤੌਰ ਤੇ ਫਸਾ ਰਿਹਾ ਤੁਹਾਨੂੰ ਹਾਲੇਲੂਇਆ ਹਾਲੇਲੂਇਆ ਤੁਹਾਨੂੰ ਫਸਾ ਰਿਹਾ ਜਾਲ ਵਿੱਚ ਤੁਸੀਂ YouTube ਤੇ ਮੇਰਾ ਕਲਾਮ ਸੁਣਦੇ ਹੋ ਕੀ ਉਸ ਤੋਂ ਇਲਾਵਾ ਸਿਰਫ ਮੇਰੇ ਕਲਾਮ ਤੋਂ ਇਲਾਵਾ ਹੋਰ ਕੋਈ ਵੀਡੀਓ ਨਹੀਂ ਸ਼ੋਅ ਹੁੰਦੀ ਥੱਲੇ ਬੋਲੋ ਹੋਰ ਵੀਡੀਓ ਨਹੀਂ ਸ਼ੋਅ ਹੁੰਦੀਆਂ ਕਈ ਗਾਣੇ ਕੋਈ ਇਦਾਂ ਦੇ ਡਾਂਸਰ ਕੋਈ ਲੁੱਚਪੁਣੇ ਵਾਲੇ ਟਿਕਟੌਕ ਵਾਲੀਆਂ ਵੀਡੀਓ ਕਈ ਸ਼ੋਅ ਹੁੰਦੀਆਂ ਹੋਣਗੀਆਂ ਕਲਾਮ ਸੁਣਦੇ ਸੁਣਦੇ ਤੁਹਾਡੀ ਉਂਗਲ ਕਿਤੇ ਨਾ ਕਿਤੇ ਚੱਲਣ ਲੱਗ ਪੈਂਦੀ ਆ ਤੁਹਾਨੂੰ ਜਾਲ 'ਚ ਫਸਾਉਣਾ ਸ਼ੈਤਾਨ ਸ਼ੁਰੂ ਕਰਦਾ ਇੱਕ ਹੋਰ ਪੁਆਇੰਟ ਦੇਣ ਲੱਗਾ ਸੁਣਿਓ ਜੇ ਤੁਸੀਂ ਕਲਾਮ ਹੀ ਸੁਣਦੇ ਨਾ YouTube ਤੇ ਤੁਹਾਡੀ YouTube ਦੀ ਲਿਸਟ ਵਿੱਚ ਕਲਾਮ ਹੀ ਸ਼ੋਅ ਹੋਣਗੇ ਕਿਉਂ ਕਿਉਂਕਿ YouTube ਜਾਣਦਾ ਬੰਦਾ ਕਲਾਮ ਸੁਣਦਾ ਤੈਨੂੰ ਕੀ ਸ਼ੋਅ ਕਰਨੇ ਆ ਕਲਾਮ ਤੇ ਜੇ ਤੁਸੀਂ ਇੱਕ ਵੀ ਨਾਚਿਆਂ ਵਾਲੀ ਫਿਲਮ ਦੇਖਣ ਲੱਗ ਪਏ ਡਿਸਕੋ ਵਾਲੀ ਦੇਖ ਲਈ ਵੀਡੀਓ ਇੱਕ ਵੀ ਭੰਗੜੇ ਗਾਣਿਆਂ ਵਾਲੀ ਫਿਲਮਾਂ ਦੇਖ ਲਿਆ ਫਿਰ ਦੂਵੇਂ ਦਿਨ ਕੀ ਹੋਣਾ ਤੁਹਾਡੀ ਲਿਸਟ ਵਿੱਚ ਸਾਰੀਆਂ ਫਿਲਮਾਂ ਹੀ ਤੁਸੀਂ ਇੱਕ ਦੱਬੀ ਤੇ ਸ਼ੋਅ ਕਿੰਨੀਆਂ ਹੋ ਰਹੀਆਂ ਸਾਰੀਆਂ ਹੀ ਕਿਉਂ ਕਿਉਂਕਿ ਸ਼ੈਤਾਨ ਜਾਣਦਾ ਜੇ ਇੱਕ ਦੇਖਣ ਲਈ ਆਇਆ ਇਹਨੂੰ ਹੋਰ ਨਵੀਆਂ ਨਵੀਆਂ ਪਾ ਕੇ ਫਸਾਉਣਾ ਜਾਲ ਉਹ ਵਿਛਾ ਰਿਹਾ ਟਾਈਪ ਕਰ ਰਿਹਾ ਨਹੀਂ ਯਕੀਨ ਤਾਂ ਹੁਣੇ ਤੁਸੀਂ ਇੱਕ ਹੀ ਗਾਣਾ YouTube ਤੇ ਲਾ ਕੇ ਦੇਖ ਲਓ ਮਿਊਟ ਕਰਕੇ ਹੁਣੇ ਦੇਖੋ ਲਾ ਕੇ ਥੱਲੇ ਸਾਰੇ ਕੀ ਸ਼ੋਅ ਹੋ ਜਾਣੇ ਆ ਤੁਸੀਂ ਇੱਕ ਦੇਖਣ ਦੇ ਬਾਕੀ ਕਿਉਂ ਹੋ ਰਿਹਾ ਸੱਚਾਈ ਆ ਸੱਚਾਈ ਆ ਤੁਸੀਂ ਇੱਕ ਚੀਜ਼ ਦੇਖੀ ਨਹੀਂ ਤੁਹਾਨੂੰ ਲਿਸਟ ਥੱਲੇ ਸ਼ੋਅ ਕਰਾਉਣੀ ਸ਼ੈਤਾਨ ਨੇ ਆਫਰ ਲਾਉਣੀ ਆ ਆਹ ਚੱਕਾ ਵੀ ਦੇਖ ਇਹ ਜਿਹੜੇ ਦੇਖਦੇ ਨਾ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਹੁਣ ਹੈਂਦੀ ਤਾਂ ਇੱਦਾਂ ਹੀ ਆ ਯਾਰ ਵੀ ਵਾਕਈ ਮੈਂ ਦੇਖਣ ਡਿਆ ਸੀ ਸਾਸ ਔਰ ਬਹੂ ਦੋਨੋਂ ਪਕੜੀ ਗਈ ਇਹ ਵਾਕਈ ਗੱਲ ਤਾਂ ਇੱਦਾਂ ਇੱਕ ਦੇਖਦੇ ਥੱਲੇ ਕਿੰਨੀਆਂ ਹੁੰਦੀਆਂ ਫਿਰ ਉਹ ਵੀ ਮੈਨੂੰ ਦੇਖ ਕੇ ਸੌਣੀਆਂ ਹੀ ਪੈਂਦੀਆਂ ਇਹ ਜਿਹੜੇ ਕੰਮ ਕਰਦੇ ਆ ਨਾ ਮੁੰਡੇ ਨੌਜਵਾਨ ਮੇਰੀ 30 ਤੇ ਪਲੱਸ 31 ਸਾਲ ਉਮਰ ਆ ਇੱਕ ਸਾਲ 31 ਸਾਲਾਂ ਦਾ 32ਵਾਂ ਸਾਲ ਮੈਨੂੰ ਲੱਗਣਾ 8ਵੇਂ ਮਹੀਨੇ ਦੀ 8 ਤਰੀਕ ਨੂੰ ਮੇਰਾ ਜਨਮ ਦਿਨ ਆ ਔਰ ਐਤਵਾਰ ਆਉਂਦਾ ਤੁਸੀਂ ਸਾਰਿਆਂ ਨੇ ਹੀ ਆਉਣਾ 8 ਤਰੀਕ ਹਾਲੇਲੂਇਆ ਸ਼ੈਤਾਨ ਤੁਹਾਨੂੰ ਫਸਾਉਂਦਾ ਜਾਲ 'ਚ ਵੀ ਤੁਸੀਂ ਫਸੋ ਮੈਂ 31 ਸਾਲ ਇਹਨਾਂ ਚੀਜ਼ਾਂ ਦੇ ਵਿੱਚ ਦੀ ਲੰਘਿਆ ਵਾਂ ਸਮਸੂਨ ਉਨੀ ਦੇਰ ਮਰਿਆ ਨਹੀਂ ਜਿੰਨੀ ਦੇਰ ਉਹਦੇ ਵਾਲ ਕੱਟ
नहीं हुए। जदों वाल कट हुए आ अखां कट दित्तियां गईयां बंदी बना लिया जेल विच आ उदों मरिया। जदों ढाडी दुआ वा ना तुहानू कोई हरा नहीं सकदा, कोई तुहानू हरा नहीं सकदा, कोई तुहानू फसा नहीं सकदा। जे ढाडी दुआ जीरो आ फिर समझो तुसीं हुण फसे ही फसे आ। नौजवान भैणां दे अगे और भाईआं दे अगे मेरी बेनती ये आ, शैतान नूं पता ढड्ड च पावर कित्थों आउंदी आ, उह वा मोबाइल। वह मोबाइल के द्वारा तुहानू फसाउणा उहने भी मोबाइल तुसीं ज़्यादा देखोगे दुआ घटूगी ढड्डी की घट जूगी। असीं दो दिन चर्च विच बहुत दुआ कीती आ, 6 बजे तो लैके 8 बजे तक। तो मैं तुहानू एक गल कही सी, दो दिन तुसीं प्रभु नाल गल करनी, ऐतवार नूं की देखोगे, देखे जां नहीं देखे, देखे जां नहीं देखे। प्रभु ने वड्डे वड्डे काम कीते, अज गैठिए दी बीमारियां रसौलियां, नशे तो होर कई तुसीं गवाहियां सुनियां, प्रभु की कृपा हुई आ। क्यों? जदों दुआ वधदी है ना साडी जिंदगी च साडी पावर वधदी आ। ताडी पावर वधनी आ जदों ताडी दुआ वधनी आ। तुहानू कोई हरा नहीं सकदा, शैतान तुहानू जिन्ने मर्जी ताडे बेड़ियां पैरां नूं ला देवे, ताडी कमर नूं शैतान बन्न देवे संगलां नाल, जदों तुसीं दुआ च जोश चाहोगे उह संगल उसे समय चकना चूर हो जाणगे, उस समय संगल टुटणगे। हालेलुया हालेलुया हालेलुया। आदम ते हवा नूं इसे तरह फसा लिया शैतान ने, औरत नूं फसाया नहीं शैतान ने, औरत ने फिर गांह बंदे नूं फसा लिया, मसा चला गया शाऊल दे कोल। मसा शाऊल दे कोल की आ? मसा परमेश्वर ने 15 भाग चों अनॉइंटिंग दित्ती आ, मसा दिता, फिर 16 भाग विच उह दुष्ट आत्मा आ रहा। क्यों क्यों? क्योंकि गवा लिया अपनी लट नूं कट लिया। प्रभु ने उन्हूं हुक्म दिता भी जाना अमालेकियां दा, तू की करके आना वा, नाश करके आना वा, सब कुछ तबाह करके आना, पर वह गया जरूर है मारन वास्ते। फिर उस तो पहला होया कि जो बली लड़न लई जा रहा जगवेदी वास्ते ना बली चढ़ाउण लई इंतजार कर रहा सैमुअल दा, सैमुअल हो गया थोड़ा जिहा लेट ते आपे चढ़ाती की करती बली। पादरी साहब नूं तुसीं घरे सद्या, पादरी साहब हो गए थोड़ा जिहा ते तुसीं बली बंदगी 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 आपे ही कर दित्ती। तो पादरी साहब पहुंचे, लो जी पास्टर जी तुसीं तो लेट आए, बंदगी तो अं आपे करती, ओपनिंग अही आपे कर ली, लोग काले पाई, भूआ बहुत काली सी, भूआ बहुत तत्ती वगदी सी, काली बहुत भूआ नूं, मामे नूं बहुत काली, जाना ही भी वह ढाडी छोटी जी गलती नाल तुहानूं सज़ा तो मिल सकती है। शाऊल दी यही गलती आ, बली पहला आप चढ़ाउण लगा, इंतजार नहीं किया, फिर दूजा नबी का कपड़ा पाड़ लिया, नबी का कपड़ा पाड़ दिता, नबी दे नबी जो पैरों च पै ना, नबी जो तुरन लगा वो प्रभु के नबी के कपड़ा पाड़ लिया, कहिंदा जिदा मेरा कपड़ा फटिया इदा तेरा राज फट जाना, तेरे तो राज 12 गोत्रां का खोल, एक राज तेरे तो रहेगा। फिर कहिंदा तू परमेश्वर की आवाज़ नूं की किया अणसुणिया किया, प्रभु ने कहा तेनू नाश करके आना, पर तू विचों चंगी चंगी चीज़ां रख लईयां रख लईयां। हुण ओही शाऊल पहला राजा न्याईयां तो बाद यह राजा बनया, पहला जज हुंदे सी जिहड़े न्याय करदे, फिर पहला राजा जिहड़ा बनया इजराइल कौम का, फस्ट किंग जिहड़ा बनया है शाऊल। इन्हें प्रभु के हुक्म तो बाहर काम किया, भेड़ां बकरियां लै आ चढ़ाया प्रभु नूं खुश करन लई। प्रभु कहिंदा मैं तेरिया भेटा तो तेरिया बलिया तो खुश नहीं, मैं खुश इस गल तो हाँ भी मेरी आवाज अज तुम प्रभु की आवाज रीझना सुनते हो, बिना समझ जवाब देना, हाँ जी हाँ जी सोच के कि तुम अज प्रभु की आवाज रीझना सुनते हो उची आवाज न। अज आवाज प्रभु जी का दास दिता तू, ये खुदा की आवाज है कलाम के द्वारा, ये प्रार्थना के द्वारा प्रभु तुहानू आवाज दिंदा। हालेलुया आवाज दिंदा परमेश्वर तुहानू। मैं कहना प्रभु की तो इन्नी आवाज आउंदी तां वी नहीं कई साडे लोग सुणदे, फोन साडा लाइट ते ही होवे ओ भी सानू आवाज नहीं आई, आवाज नहीं आई। भाई बब्बी जी एक होंदी रिंग ट्यून, एक होंदी वाइब्रेट, एक होंदा कल्ला लाइट, किधर गए सारे नौजवान? एक हुंदा कल्ला फोन लाइट ते भाई शिंदा जी, साडे नौजवानां नूं ओह वी की पता लग जांदा भी फोन मेरा आ रहा, पर प्रभु की आवाज़ आउंदी नहीं सुनदी।
इन्ने जोरां नाल प्रभु की आवाज़ आउंदी आ, इन्ने जोश नाल खुदा की आवाज़ आउंदी आ, बदल गरजदे आ, तुरियां फूकियां जांदियां, बावरोले आउंदे आ, नेरियां आउंदियां, प्रभु की आवाज़ आउंदी आ मिठी मिठी, फिर भी साडे तों सुनी नहीं जांदी। प्रभु कहिंदा मैं चाहुंदा वी मेरी आवाज़ रीझ नाल सुनी जावे। शाऊल ने आवाज़ नहीं सुनी ते इसलिए उहनूं मसा छड्ड के चला गया। दुष्ट आत्मा आ गई उहनूं अकाउण लग पई की कर लग पई। कई चर्च विच ऐतवार नूं लड़के आउंदे आ बंदगी च, सच बोलता मैं थोड़ा जिहा, कई ऐतवार नूं बंदगी च आउण लगे घरों पहलां लड़के आउंदे आ, दो तीन घरवाली दीआं पईआं हुंदीआं, दो तीन घरवाली दे वज्जीआं हुंदीआं, ते जे इन्हां दोनां दे नहीं वज्जीआं हुंदीआं न्याणा लाल कीता हुंदा कुट कुट के बंदगी च आउण तों पहलां। तेरा काम ही है जो कि बंदगी जाना हो, तेरा काम ही, तेरा सूट ही नहीं प्रेस, तेरी कमीज नहीं लभदी, तेरी जराबा नहीं लभदी, तेरी निकर ही नहीं लभदी, तेरा कंघा नहीं लभदा, तेरी रबड़ नहीं लभदी, तेरी नैपी नहीं लभदी। आ चीजा तो लड़ाई हो के तुम चर्च में कितों शांति मिलेगी, क्योंकि शैतान तुहाडी शांति भंग करता। फिर सब तो वड्डी चीज जो तुम चर्च चौन लगते हैं, लड़ पे ना शनिवार को, सवेर नूं ऐतवार नूं लड़ पे, जब तुरे जा मैं नहीं चर्च जाती, चर्च ना कहता गुस्सा, सगो बंदे सर करते हूं तो जाऊ चर्च, चर्च च रहूं हूं तो मैं, हूं नहीं होती उतो प्रभु ना लड़के घर वाले ना लड़के, प्रभु ना कहता गुस्सा मैं चर्च च नहीं जाना, क्योंकि शैतान नूं पता चर्च में चल गई छुटकारा वा, चर्च में चले गए तो छुटकारा वा, बंदगी चले गए छुटकारा वा। हालेलुया, यही तो प्लैन है शैतान का। कई बंद ने आके दसना पास्टर जी मैं पूछना ਸਾਡੇ ਮਿਸਿਜ ਨੇ ਪਾਰਟੀ ਕੀ ਦੱਸਣਾ ਲੜ ਪਈ ਚੜੇਲ ਜੀ, ਫਿਰ ਮੈਂ ਛੱਡ ਆਉਂਦੀ, ਫਿਰ ਨਿਕਲ ਨਹੀਂ ਕਿੱਥੋਂ ਘਰ ਚੋਂ, ਤੂੰ ਤਾਂ ਛੱਡ ਹੀ ਆਇਆ ਬੰਦਗੀ 'ਚ ਲੈ ਕੇ, ਤੂੰ ਤਾਂ ਨਿਕਲਦੀ। ਹਾਲੇਲੂਇਆ, ਸ਼ੈਤਾਨ ਤੁਹਾਡੀ ਪਾਵਰ ਜਾਣਦਾ ਵਾ ਵੀ ਤੁਹਾਡੀ ਪਾਵਰ ਦੁਆ ਦੇ ਵਿੱਚ ਆ, ਉਹਨੇ ਤੁਹਾਡੀ ਪਾਵਰ ਨੂੰ ਕੱਟਣਾ। ਸ਼ਾਊਲ ਦੀ ਪਤਾ ਹੀ ਪਾਵਰ ਪਰਮੇਸ਼ਵਰ ਆ ਵੀ ਇਹ ਹੁਕਮ ਦੇ ਵਿੱਚ ਆ। ਸ਼ਾਊਲ ਕੀ ਸੀ? ਪਰਮੇਸ਼ਵਰ ਦੇ ਹੁਕਮ 'ਚ। ਸ਼ੈਤਾਨ ਨੇ ਹੁਕਮ ਹੀ ਤੜਵਾਇਆ, ਆਦਮ ਤੇ ਹਵਾ ਹੁਕਮ 'ਚ ਹੀ, ਸ਼ੈਤਾਨ ਨੇ ਹੁਕਮ ਹੀ। ਹੁਣ ਸਮਸੂਨ ਦੇ ਬਾਰੇ ਪਤਾ ਸੀ ਵੀ ਵਾਲਾਂ 'ਚ ਪਾਵਰ ਆ ਉਹਦੀਆਂ ਵਾਲਾਂ ਨੂੰ ਹੀ, ਤੇ ਤੁਹਾਡੀ ਪਾਵਰ ਤੁਹਾਨੂੰ ਪਤਾ, ਸ਼ੈਤਾਨ ਨੂੰ ਪਤਾ ਵਾ ਵੀ ਤੁਹਾਡੀ ਦੁਆ 'ਚ ਪਾਵਰ ਆ, ਤੁਹਾਡੀ ਦੁਆ ਨੂੰ ਸ਼ੈਤਾਨ ਨੇ ਕੀ ਕਰਨਾ, ਕੱਟਣਾ, ਤੁਹਾਡੀ ਦੁਆ ਬੰਦ ਕਰਾਉਣੀ ਆ। ਅਤੇ ਦੁਆ ਬੰਦ ਕਰਾਉਣ ਲਈ ਉਹਨੇ ਹਨੀ ਟਰੈਪ ਵਿਛਾਇਆ ਹੋਇਆ, ਕਿਹੜਾ ਵਾ ਜੀ? ਉਹ ਮੋਬਾਈਲ ਆ। ਹੁਣ ਇਮਾਨਦਾਰੀ ਨਾਲ ਦੱਸਿਓ, ਦੁਆ ਜ਼ਿਆਦਾ ਕਰਦੇ ਹੋ ਜਾਂ ਮੋਬਾਈਲ ਜ਼ਿਆਦਾ ਦੇਖਦੇ ਹੋ? ਕਈ ਤਾਂ ਦੁਆ ਜ਼ਿਆਦਾ ਕਰਦੇ ਤੇ ਕਈ ਤਾਂ ਮੋਬਾਈਲ ਹੀ ਜ਼ਿਆਦਾ ਦੇਖਦੇ ਆ। ਦੇਖੋ ਦੇਖੋ, ਜੇ ਤੁਸੀਂ ਚਾਹੁੰਦੇ ਹੋ ਨਾ ਵੀ ਲੋਕ ਤੁਹਾਨੂੰ ਦੇਖਣ, ਫੋਟੋ ਦੇ ਦੁਆਰਾ ਨਾ ਦੇਖਣ, ਪ੍ਰਭੂ ਦੇ ਕਲਾਮ ਦੇ ਦੁਆਰਾ ਦੇਖਣ,